ਚੰਡੀਗੜ੍ਹ ਪੁਲਿਸ ਦੇ 39 ਥਾਣਾ ਨੇ ਇੱਕ ਸਨੈਚਰ ਨੂੰ ਕਾਬੂ ਕੀਤਾ ਜੋ ਕਿ ਬੜੇ ਹੀ ਸ਼ਾਤਿਰ ਤਰੀਕੇ ਦੇ ਨਾਲ ਕਿਸ ਤਰ੍ਹਾਂ ਦੇਰ ਸ਼ਾਮ ਯਾਨੀ ਕਿ ਅੰਧੇਰੇ ਟਾਈਮ ਜਿਹੜੇ ਮਾਰਕੀਟ ਏਰੀਆ ਨੇ ਜਾਂ ਫਿਰ ਜਿਹੜੇ ਲੇਡੀਜ਼ ਨੇ ਖਾਸ ਤੌਰ 'ਤੇ ਉਹਨਾਂ ਤੋਂ ਟਾਰਗੇਟ ਕਰਦਾ ਸੀ ਅਤੇ ਇੱਕ ਐਕਟਿਵਾ 'ਤੇ ਸਵਾਰ ਹੋ ਕੇ ਇਹ ਸਨੈਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ। ਹਾਲਾਂਕਿ ਸੈਕਟਰ 37-38 'ਚ 2-3 ਵਾਰਦਾਤਾਂ ਤੋਂ ਬਾਅਦ ਹੁਣ ਪੁਲਿਸ ਐਕਟਿਵ ਹੋਈ ਅਤੇ ਪੁਲਿਸ ਨੇ ਕਈ ਜਿਹੜੇ ਅਲਰਟਨੈਸ ਜਾਰੀ ਕਰਦੇ ਹੋਏ ਕਈ ਨਾਕੇ ਵੀ ਲਾਏ ਅਤੇ ਫਾਈਨਲੀ ਹੁਣ ਇਸ ਨੂੰ ਫੜ ਲਿਆ ਗਿਆ। ਹਰਮੀਤ ਸਿੰਘ ਉਫ ਨੂਰ ਇਹਦਾ ਨਾਂ ਦੱਸਿਆ ਜਾ ਰਿਹਾ, ਜਿਹੜੇ ਸੀਨੀਅਰ ਅਧਿਕਾਰੀ ਉਹ ਵੀ ਸਾਡੇ ਨਾਲ ਮੌਜੂਦ ਨੇ ਕਿ ਕਿਸ ਤਰ੍ਹਾਂ ਇਹਦੀ ਮੋਡਸ ਓਪਰੈਂਡੀ ਹੁੰਦੀ ਸੀ, ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਦਰਜ ਨੇ। ਚੰਡੀਗੜ੍ਹ ਦੇ ਕਈ ਪੁਲਿਸ ਸਟੇਸ਼ਨ ਦੀ ਅਸੀਂ ਗੱਲ ਕਰ ਲਈਏ, ਮੋਹਾਲੀ ਦੀ ਅਸੀਂ ਮਟੌਰ ਥਾਣੇ ਦੀ ਗੱਲ ਕਰ ਲਈਏ, ਕਈ ਥਾਣਿਆਂ ਦੇ ਵਿੱਚ ਇਹਦੇ ਖਿਲਾਫ਼ ਮਾਮਲੇ ਦਰਜ ਨੇ ਅਤੇ ਇਹ ਹੈਬਚੁਅਲ ਕਹਿ ਸਕਦੇ ਹਾਂ ਕਿ ਇੱਕ ਕ੍ਰਿਮੀਨਲ ਬਣ ਚੁੱਕਿਆ ਕਿ ਜੋ ਕਿ ਸਨੈਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਸਾਡੇ ਨਾਲ DSP ਮੌਜੂਦ ਨੇ, ਉਸ ਉਹਨਾਂ ਦੇ ਨਾਲ 39 ਥਾਣੇ ਦੇ SHO ਜਿਹੜੇ ਨੇ ਉਹ ਵੀ ਸਾਡੇ ਨਾਲ ਨੇ। ਚਰਨਜੀਤ ਸਰ, ਕਿਉਂਕਿ ਇੱਕ ਜਿਹੜਾ ਇੱਕ ਖੌਫ ਦਾ ਜਿਹੜਾ ਲੋਕਾਂ 'ਚ ਹੋ ਗਿਆ ਸੀਗਾ ਕਿ ਸਨੈਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦਾ ਸੀਗਾ, ਪੁਲਿਸ ਨੂੰ ਇਨਫੋਰਮੇਸ਼ਨ ਕੀ ਸੀ, ਉਸ ਤੋਂ ਬਾਅਦ ਪੁਲਿਸ ਨੇ ਕਿਸ ਤਰ੍ਹਾਂ ਦਾ ਐਕਸ਼ਨ ਲਿਆ? ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਅੱਜ ਕੱਲ੍ਹ ਸ਼ਾਮ ਦੇ ਟਾਈਮ 'ਤੇ ਚੰਡੀਗੜ੍ਹ ਦੇ ਵਿੱਚ ਕਾਫੀ ਸਨੈਚਿੰਗ ਦੀਆਂ ਵਾਰਦਾਤਾਂ ਹੋ ਰਹੀਆਂ ਨੇ, ਔਰ ਮੇਨਲੀ ਜਿੱਧਰ ਇਹ ਕਲੋਨੀ ਏਰੀਆ ਹੈ ਉਹਨਾਂ ਦੇ ਜਿਹੜੇ ਨੇੜੇ ਸੈਕਟਰ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਉਹ ਹੋ ਰਹੀਆਂ ਸੀ। ਅਤੇ ਜਿਹੜੇ ਵੀ ਸਾਡੇ ਸਾਊਥ ਵੈਸਟ ਡਿਵੀਜ਼ਨ ਦੇ SHO ਨੇ, ਇਹ ਸ਼ਾਮ ਨੂੰ ਆਪਣਾ ਇਹਨਾਂ ਨੂੰ ਸਨੈਚਿੰਗ ਨੂੰ ਦੇਖਦੇ ਹੋਏ ਕਿ ਅੱਗੇ ਤੋਂ ਕੋਈ ਹੋਰ ਸਨੈਚਿੰਗ ਨਾ ਹੋਵੇ, ਆਪਣਾ ਆਪ ਵੀ 5 ਵਜੇ ਤੋਂ ਬਾਅਦ ਏਰੀਏ ਦੇ ਵਿੱਚ ਰਹਿੰਦੇ ਸੀ ਔਰ ਫੋਰਸ ਨੂੰ ਵੀ ਪੂਰਾ ਸਤਰਕ ਕਰ ਰੱਖਿਆ ਸੀ। ਔਰ ਇਹ ਪਿਛਲੇ 10 ਕੁ ਦਿਨਾਂ ਤੋਂ ਸਾਡੇ ਏਰੀਏ ਦੇ ਵਿੱਚ ਕਾਫੀ ਸਨੈਚਿੰਗ ਦੀ ਵਾਰਦਾਤਾਂ ਹੋ ਰਹੀਆਂ ਸੀ, ਅਤੇ ਇਹਦੇ 'ਚ ਪਾਇਆ ਗਿਆ ਸੀ ਕਿ ਇੱਕ ਲੜਕਾ ਜਿਹੜਾ ਕਿ ਸਕੂਟਰ ਦੇ ਉੱਪਰ ਹੀ ਫੇਸ ਬੰਨਿਆ ਹੁੰਦਾ ਸੀ, ਜਿਹਨੇ ਆਪਣਾ ਟੱਕਿਆ ਹੁੰਦਾ ਸੀ, ਵੀ ਉਹ ਸਨੈਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ ਔਰ ਇਹ ਜ਼ਿਆਦਾ ਲੇਡੀਜ਼ ਤੋਂ ਹੀ ਸਨੈਚਿੰਗ ਕਰਦਾ ਸੀ। ਇੱਕ ਕੁਛ ਦਿਨ ਪਹਿਲਾਂ ਸੈਕਟਰ 37 ਦੇ ਵਿੱਚ 12 ਤਰੀਕ ਨੂੰ ਇੱਕ ਐਡਵੋਕੇਟ ਦੀ ਵਾਈਫ ਤੋਂ ਜਿਹਦੇ 'ਚ ਆਈਫੋਨ ਸੀ ਔਰ 6000 ਰੁਪਈਆ ਸੀ ਉਹ ਸਨੈਚ ਹੋਇਆ। ਉਸ ਤੋਂ ਬਾਅਦ ਹੋਰ ਸਤਰਕਤਾ ਵਰਤੀ ਬਈ ਅੱਗੇ ਤੋਂ ਨਾ ਹੋਵੇ। ਫਿਰ ਇਸ 16 ਤਰੀਕ ਨੂੰ 40 ਸੈਕਟਰ ਦੇ ਵਿੱਚ ਇੱਕ ਲੇਡੀ ਤੋਂ ਉਹਦਾ ਜਿਹਦੇ ਕਿ ਵਿੱਚ ਪੈਸੇ ਸੀ ਔਰ ਇੱਕ ਫੋਨ ਸੀਗਾ ਉਹ ਸਨੈਚ ਹੋਇਆ, ਔਰ ਪੁਲਿਸ ਨੇ ਮੁਸਤੈਦੀ ਵਰਤ ਕੇ ਇਮੀਡੀਏਟਲੀ ਜਦੋਂ ਐਕਟਿਵਾ ਦਾ ਫੋਲੋ ਕੀਤਾ ਅਤੇ ਇੱਕ ਸਨੈਚਿੰਗ ਇਸੇ ਬੰਦੇ ਨੇ ਜਿਹਦਾ ਤੁਸੀਂ ਨਾਮ ਦੱਸਿਆ ਹਰਮੀਤ ਸਿੰਘ ਨੂਰ, 38 ਸੈਕਟਰ ਦੇ ਵਿੱਚ ਵੀ ਇੱਕ ਲੇਡੀ ਤੋਂ ਸਨੈਚਿੰਗ ਕਰੀ, ਉਹਦੇ ਤੋਂ ਪਰਸ ਔਰ ਕੁਛ ਪੈਸੇ ਸੀਗੇ। ਕਿ ਇਹ ਸਰ ਲੇਡੀਜ਼ ਨੂੰ ਹੀ ਟਾਰਗੇਟ ਕਰਦਾ ਸੀਗਾ ਕਿ ਜਿਹੜੀ ਇਕੱਲੀ ਹੁੰਦੀ ਸੀ ਜਾਂ ਜਿਸ ਤਰ੍ਹਾਂ ਐਕਟਿਵਾ? ਬਿਲਕੁਲ ਬਿਲਕੁਲ ਜੀ, ਇਹ ਇਕੱਲੀ ਲੇਡੀ ਨੂੰ ਹੀ ਟਾਰਗੇਟ ਕਰਦਾ ਸੀ ਔਰ ਰੋਂਗ ਸਾਈਡ ਤੋਂ ਆ ਕੇ ਜਿਹੜਾ ਕਿ ਇਹਦਾ ਰਾਈਟ ਸਾਈਡ ਹੈ, ਰਾਈਟ ਹੱਥ ਹੈ, ਉਹ ਲੇਡੀ ਦੇ ਪਰਸ 'ਤੇ ਜਾਵੇ, ਰੋਂਗ ਸਾਈਡ ਤੋਂ ਆ ਕੇ ਸਨੈਚਿੰਗ ਕਰਦਾ ਸੀ। ਠੀਕ ਹੈ ਸਰ, ਇਹ ਹੁਲੀਆ ਵੀ ਚੇਂਜ ਕਰਕੇ ਇਹ ਵੀ ਗੱਲ ਸਾਹਮਣੇ ਆਈ ਕਿ ਹੁਲੀਆ ਵੀ ਚੇਂਜ ਕਰਕੇ? ਹਾਂ, ਇਹਦਾ ਮੈਂ ਸਾਰਾ ਤੁਹਾਨੂੰ ਡਿਸਕ੍ਰਿਪਸ਼ਨ ਦੱਸ ਰਿਹਾ। ਇਹਦਾ ਨਾਮ ਹਰਮੀਤ ਸਿੰਘ ਨੂਰ ਹੈ, ਇਹ ਸੈਕਟਰ 36 ਦੇ ਵਿੱਚ 36B 'ਚ ਰਹਿੰਦਾ ਔਰ ਇਹ ਮੈਟ੍ਰਿਕ ਤੱਕ ਪੜ੍ਹਿਆ ਹੋਇਆ ਔਰ ਇਹ 2015-16 ਤੋਂ ਨਸ਼ੇ ਦੀ ਲੱਤ ਪੈ ਗਈ ਸੀ ਇਹਨੂੰ, ਇਸ ਕਰਕੇ ਵੀ ਅੱਗੇ ਪੜ੍ਹਾਈ ਨਹੀਂ ਕਰ ਸਕਿਆ ਔਰ ਇਹ ਅੱਛੇ ਪਰਿਵਾਰ ਤੋਂ ਹੈ। ਇਹਨਾਂ ਦੀ ਇੱਥੇ ਸੈਕਟਰ 36 'ਚ ਕੋਠੀ ਹੈ, ਇਹਨਾਂ ਦੀਆਂ 19 ਸੈਕਟਰ 'ਚ 2 ਦੁਕਾਨਾਂ ਨੇ ਔਰ ਜਿਵੇਂ ਜਿਵੇਂ ਇਹ ਨਸ਼ਾ ਕਰਦਾ ਸੀ ਇਹਦੀ ਫਿਰ ਨਸ਼ਾ ਕਰਨ ਦੀ ਜਿਹੜੀ ਕਪੈਸਿਟੀ ਫਿਰ ਵਧੀ ਜਾਂਦੀ ਸੀ ਅਤੇ ਘਰ ਦੇ ਉਹਨਾਂ ਪੈਸਾ ਨਹੀਂ ਦਿੰਦੇ ਸੀ, ਅਤੇ ਇਹ ਹੁਣ ਵੀ ਆਪਣਾ ਕੁਛ ਦਿਨ ਪਹਿਲਾਂ ਹੀ ਮਟੌਰ ਥਾਣੇ 'ਚ ਫੜਿਆ ਗਿਆ ਸੀ। ਮੋਹਾਲੀ ਦੇ ਵਿੱਚ ਕੁਝ ਇਹਨੇ ਵਾਰਦਾਤਾਂ ਕੀਤੀਆਂ ਸੀ ਔਰ ਉਹਦੇ ਵਿੱਚ ਇਹ ਛੁੱਟ ਕੇ ਆਇਆ ਔਰ ਇਹ ਆਪਣਾ ਬੱਦੀ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਵੀ ਰਿਹਾ ਔਰ ਕੁਛ ਦਿਨ ਪਹਿਲਾਂ ਹੀ ਉੱਥੋਂ ਆਇਆ ਹੈ। ਠੀਕ ਹੈ, ਔਰ ਇਹਨੇ ਇੱਕ ਹਫ਼ਤਾ ਪਹਿਲਾਂ ਜੋ ਇਹਦੇ ਦੱਸਣ ਮੁਤਾਬਕ 7 ਤਰੀਕ ਨੂੰ ਇਹਨੇ ਸੈਕਟਰ 19 ਦੇ ਵਿੱਚੋਂ ਐਕਟਿਵਾ ਚੋਰੀ ਕੀਤਾ ਸੀ। ਯਾਨੀ ਐਕਟਿਵਾ ਵੀ ਖੁਦ ਹੀ ਚੋਰੀ ਕਰਦਾ ਸੀ? ਇਹਦੇ ਨਾਲ ਦੇ ਕੋਈ ਹੈਗਾ ਸਾਥੀ, ਪੂਰੀ ਗੈਂਗ ਹੈ ਜਾਂ ਇਕੱਲਾ ਹੀ ਕਰਦਾ? ਨਹੀਂ, ਇਹ ਕਹਿੰਦਾ ਵੀ ਪਹਿਲਾਂ ਜਦੋਂ ਸਟਾਰਟਿੰਗ 'ਚ ਮੇਰੇ ਨਾਲ ਸੀਗੇ ਬੰਦੇ, ਹੁਣ ਮੈਂ ਅੱਜ ਕੱਲ੍ਹ ਇਕੱਲਾ ਹੀ ਕਰਦਾ ਸੀਗਾ
ਔਰ ਇਹਨੇ ਐਕਟਿਵਾ ਚੋਰੀ ਕਰਕੇ ਡੇਲੀ ਇੱਕ ਦੋ ਲੇਡੀ ਨੂੰ ਇਹ ਆਪਣਾ ਸ਼ਿਕਾਰ ਬਣਾਉਂਦਾ ਸੀ, ਯਾਨੀ ਕਿ ਮੋਸਟਲੀ ਨਸ਼ੇ ਹੀ ਕਰਦਾ ਸੀ। ਬਿਲਕੁਲ ਜੀ, ਉਹ ਜੋ ਵੀ ਪੈਸਾ ਮਿਲਦਾ ਸੀ ਇਸ ਨੂੰ, ਇਹ ਫੋਨ ਜਿਹੜਾ ਬੜਾ ਸ਼ਾਤਰ ਸੀ, ਫੋਨ ਤਾਂ ਸੁੱਟ ਦਿੰਦਾ ਸੀ ਵੀ ਉਹਦੇ ਕਰਕੇ ਮੈਂ ਟਰੇਸ ਨਾ ਹੋ ਜਾਂ, ਔਰ ਪੈਸੇ ਦੇ ਨਾਲ ਇਹ ਨਸ਼ਾ ਕਰਦਾ ਸੀ। ਤੇ ਸਰ ਹੁਲੀਆ ਵੀ ਚੇਂਜ ਕਰਕੇ ਤੁਸੀਂ ਜਿਹੜਾ ਦੱਸ ਰਹੇ? ਹਾਂ, ਇਹ ਵਿਗ ਲਗਾ ਕੇ ਆਪਣੇ ਵਿਗ ਲਗਾ ਕੇ ਰੱਖਦਾ ਸੀ ਤੇ ਮੇਰੀ ਪਹਿਚਾਣ ਨਾ ਹੋਵੇ, ਔਰ ਆਪਣਾ ਜਦੋਂ ਇਹ ਸਨੈਚਿੰਗ ਕਰਦਾ ਸੀ ਰੁਮਾਲ ਬੰਨ ਲੈਂਦਾ ਸੀ ਆਪਣੇ ਮੂੰਹ ਦੇ ਉੱਪਰ। ਸਰ ਇਹ ਐਕਟਿਵਾ ਚੋਰੀ ਕਿਸ ਤਰ੍ਹਾਂ, ਇਹਦੇ ਕੋਲ ਕੋਈ ਚਾਬੀ ਇਸ ਤਰ੍ਹਾਂ ਦੀ ਸੀਗੀ? ਹਾਂ, ਇਹਨੇ ਮਾਸਟਰ ਕੀ ਨਾਲ 19 ਸੈਕਟਰ ਤੋਂ ਚੋਰੀ ਕੀਤਾ ਸੀਗਾ। ਠੀਕ ਹੈ, ਤੇ ਸਰ ਹੁਣ ਕਿਹੜੇ ਕਿਹੜੇ ਪੁਲਿਸ ਸਟੇਸ਼ਨ 'ਚ ਪਹਿਲਾਂ ਮਾਮਲੇ ਦਰਜ ਰਹੇ ਨੇ, ਹੁਣ ਤੁਸੀਂ ਇਨਵੈਸਟੀਗੇਸ਼ਨ 'ਚ ਕੀ ਕਰ ਰਹੇ? ਇਹ ਕਿਉਂਕਿ ਜਿਵੇਂ ਮੈਂ ਤੁਹਾਨੂੰ ਕਹਿ ਕੇ 15-16 ਤੋਂ ਨਸ਼ੇ ਦੇ ਵਿੱਚ ਹੈ, ਔਰ ਅਲੱਗ ਅਲੱਗ ਸੈਕਟਰਾਂ ਦੇ ਵਿੱਚ ਪਹਿਲਾਂ ਫੜਿਆ ਗਿਆ ਹੈ, ਸੈਕਟਰ 17, ਸੈਕਟਰ 26, ਸੈਕਟਰ 19 ਔਰ ਸੈਕਟਰ 49 ਅਤੇ ਸੈਕਟਰ 39 ਦੇ ਵਿੱਚ ਹੁਣ ਇਹ ਦੂਜੀ ਵਾਰੀ ਫੜਿਆ ਗਿਆ। ਇਸ ਤੋਂ ਬਿਨਾਂ ਮੋਹਾਲੀ ਦੇ ਵਿੱਚ ਮਟੌਰ ਵੀ, ਕਹਿੰਦਾ ਮੈਂ ਪਹਿਲਾਂ ਵੀ ਉੱਥੇ ਵੀ ਗ੍ਰਿਫਤਾਰ ਹੋਇਆ ਜਦੋਂ ਲਾਸਟ ਜੇਲ੍ਹ 'ਚੋਂ ਉੱਥੋਂ ਹੀ ਆਇਆ ਇਹ, ਅਤੇ ਸਾਡੇ ਇਹਨੂੰ ਅਰੈਸਟ ਕਰਨ ਨਾਲ ਚੰਡੀਗੜ੍ਹ ਦੇ ਹੁਣ ਤੱਕ 4 ਕੇਸ ਟਰੇਸ ਹੋ ਗਏ, ਬਾਕੀ ਹੋਰ ਇਹਦਾ ਰਿਮਾਂਡ ਲਿਆ ਹੋਇਆ, ਅੱਗੇ ਹੋਰ ਦੇਖ ਰਿਹਾ ਇਹਨੇ ਕੀ ਵਾਰਦਾਤਾਂ ਕੀਤੀਆਂ ਨੇ, ਉਹ ਤੁਹਾਨੂੰ ਅੱਗੇ ਡਿਊ ਕੋਰਸ ਦੇ ਵਿੱਚ ਦੱਸਦਾ। ਤੇ ਬਿਲਕੁਲ, ਜਿੱਦਾਂ ਸਾਹਮਣੇ ਦੱਸਿਆ ਕਿ ਲਗਾਤਾਰ ਇਸ ਤਰ੍ਹਾਂ ਦੀ ਜਿਹੜੀ ਮੋਡਸ ਆਪਰੈਂਡੀ ਕੀ ਹੁੰਦੀ ਸੀ ਕਿ ਪਹਿਲਾਂ ਐਕਟਿਵਾ ਚੋਰੀ ਕਰਦਾ ਸੀ ਕਿਸੇ ਮਾਰਕੀਟ ਏਰੀਆ ਤੋਂ, ਉਸ ਤੋਂ ਬਾਅਦ ਇਹ ਚੋਰੀ ਕਰਨ ਤੋਂ ਬਾਅਦ ਉਸੀ ਐਕਟਿਵਾ 'ਤੇ, ਚੋਰੀ ਦੀ ਐਕਟਿਵਾ 'ਤੇ ਹੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ। ਹਾਲਾਂਕਿ ਹੁਣ ਚੰਡੀਗੜ੍ਹ ਪੁਲਿਸ ਦੇ ਹੱਥੇ ਚੜ ਚੁੱਕਿਆ, ਪੁਲਿਸ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਕਿੱਥੋਂ ਲੈ ਕੇ ਆਉਂਦਾ ਸੀਗਾ, ਕੌਣ ਕੌਣ ਇਨਵੋਲਵ ਹੈ, ਇਹਦੇ ਨਾਲ ਕੌਣ ਹੋਰ ਕੋਈ ਹੁੰਦਾ ਸੀ ਨਹੀਂ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ, ਕਿਉਂਕਿ ਕਈ ਚੀਜ਼ਾਂ ਦਾ ਖੁਲਾਸਾ ਜਿਹੜਾ ਹੁਣ ਸਾਹਮਣੇ ਆ ਰਿਹਾ। ਚੰਡੀਗੜ੍ਹ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18, ਪੰਜਾਬ।